घोटा 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 मेरे बालाजी का घोटा, घोटा 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 मेरे बालाजी का घोटा, घोटा 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 मेरे बालाजी का घोटा, घोटा 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 मेरे बालाजी का घोटा। जब ये फाजिलका दे सिद्ध श्री हनुमान मंदिर तो श्री बालाजी पैदल यात्रा संघ दी सब तो वड्डी पैदल डाक ध्वजा यात्रा सालासर धाम दे लई होई रवाना। फाजिलका दे सिद्ध श्री हनुमान मंदिर तो श्री बालाजी पैदल यात्रा संघ दी सब तो वड्डी पैदल डाक ध्वजा यात्रा सालासर धाम दे लई रवाना होई है। ये यात्रा संघ दे प्रधान विनोद गोयल की अगवाई दे विच रवाना होई है, जिस दे विच 125 श्रद्धालु भाग लै रहे हैं। जानकारी देंदे हुए संघ दे प्रधान विनोद गोयल ने दस्सिया कि 1995 तो यह यात्रा शुरू की गई सी अते ओ हुण 25वीं पैदल डाक ध्वजा यात्रा सालासर धाम रवाना कर रहे हैं। उन्होंने कहा कि उन्होंने संघ वालों पूरी व्यवस्था की जाती है अते पैदल जाने वाले यात्रियों का पूरा ध्यान रखा जाता है अते उन्होंने किसी तरह की कोई दिक्कत पेश नहीं आती। इंतजाम तो साढ़े नाल गड्डियां सारिया व्यवस्था सारी पानी की व्यवस्था हलवाइया की सारी साढ़े नाल चलती है, कोई दिक्कत नहीं आती। रस्ते गड्डिया किन्ने सेवादार सेवादार है 10-11 सेवादार ने जी, 8-9 गड्डिया है जी।
ਟੋਟਲ ਮੈਂਬਰ 100 ਦੇ ਕਰੀਬ ਨੇ 100 ਦੇ ਕਰੀਬ ਹੈ ਜੀ ਕੀ ਕਹਿਣਾ ਚਾਹੋਗੇ ਅੱਜ ਫਾਜ਼ਿਲਕਾ ਵਾਸੀਆਂ ਨੂੰ ਸਾਡੇ ਚੈਨਲ ਦੇ ਰਾਹੀਂ ਫਾਜ਼ਿਲਕਾ ਵਾਸੀਆਂ ਨੂੰ ਮੈਂ ਇਹੋ ਹੀ ਕਹਾਂਗਾ ਵੀ ਸਾਰਿਆਂ ਦੇ ਬਾਬਾ ਅੱਲਾ ਜੀ ਦੀ ਖੁਸ਼ੀ ਦਾ ਹੱਥ ਬਣਿਆ ਰਹੇ ਸਾਰੇ ਫਾਜ਼ਿਲਕਾ ਵਾਸੀਆਂ ਤੇ ਸਾਰਿਆਂ ਦੇ ਬੱਲਾ ਦੀ ਕਿਰਪਾ ਬਣੀ ਰਹੇ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਪ੍ਰਦੀਪ ਕੁਮਾਰ ਜੀ ਕੀ ਕਹੋਗੇ ਇਸ ਯਾਤਰਾ ਨੂੰ ਲੈ ਕੇ ਕਿੰਨੀ ਤੁਹਾਡੀ ਯਾਤਰਾ ਹੈ ਔਰ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ 10ਵੀਂ ਯਾਤਰਾ ਹੈ ਜੀ ਬਾਲਾ ਜੀ ਦੀ ਅਪਾਰ ਕਿਰਪਾ ਹੈ ਜੀ ਸਾਡੇ ਤੇ ਜੀ ਪੂਰੀ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ ਯਾਤਰਾ ਦੇ ਦੌਰਾਨ ਬਹੁਤ ਅੱਛਾ ਮਾਹੌਲ ਰਹਿੰਦਾ ਸਾਰਾ ਇੱਕ ਪਰਿਵਾਰ ਤਰ੍ਹਾਂ ਰਹਿੰਦੇ ਹੈ ਸਾਰੇ ਜੀ ਜੀ ਸਰ ਕੀ ਕਹੋਗੇ ਇਸ ਯਾਤਰਾ ਨੂੰ ਲੈ ਕੇ ਕੀ ਕਹੋਗੇ ਬਹੁਤ ਵਧੀਆ ਯਾਤਰਾ ਜੀ ਬਾਲਾ ਜੀ ਦਾ ਆਪ ਜੀ ਫਾਜ਼ਿਲ ਲੋਕ ਮੇਰੇ ਸਰਪੰਚ ਨੇ ਛੋੜ ਵੀ ਯਾਤਰਾ ਕੀਤੀ ਜੀ ਸਾਰੇ ਬੰਦ ਖੁੱਲੇ ਦਿਲ ਨਾਲ ਖੁਸ਼ੀ ਨਾਲ ਜਾਂਦੇ ਰਹੇ ਬਹੁਤ ਵਧੀਆ ਯਾਤਰਾ ਜਿਹਨੂੰ ਵੋਟ ਕਰਦੇ ਹਰ ਬੰਦਾ ਤਿਆਰ ਹੁੰਦਾ ਜੀ ਕੋਈ ਬੰਦਾ ਨਾ ਨਹੀਂ ਕਰਦਾ ਜੀ ਸਾਰੇ ਇਸੇ ਖੇਡਦੇ ਜਾਂਦੇ ਨੇ ਖੁੱਲੇ ਦਰਸ਼ਨ ਕਰਕੇ ਵਾਪਸੀ ਆਉਂਦੇ ਜੈ ਸ਼੍ਰੀ ਰਾਮ 15 ਸਾਲ ਪਹਿਲਾਂ ਜਦੋਂ ਤੁਸੀਂ ਯਾਤਰਾ ਤੇ ਗਏ ਸੀ ਤੇ ਅੱਜ ਯਾਤਰਾ ਤੇ ਜਾ ਰਹੇ ਹੋ ਤਾਂ ਕਿਸ ਤਰ੍ਹਾਂ ਦੇ ਬਦਲਾਅ ਆਏ ਮਾਹੌਲ ਦੇ 15 ਸਾਲ ਪਹਿਲਾਂ 10 ਬੰਦੇ ਜਾਂਦੇ ਸੀਗੇ ਫਿਰ 25 ਬੰਦੇ ਜਾਂ ਲੱਗੇ ਫਿਰ 50 ਬੰਦੇ ਜਾਂ ਲੱਗੇ ਫਿਰ 100 ਬੰਦੇ ਹੁਣ 125 ਬੰਦੇ ਰਹਿ ਗਏ ਜਾ ਰਹੇ ਚਾਰ ਪੰਜ ਸਾਲ ਲੱਗ ਗਏ 6ਵੀਂ ਯਾਤਰਾ ਮੇਰੀ ਹੈ ਸਾਰੇ ਬੰਦੇ ਮੇਰੇ ਯਾਰ ਦੋਸਤ ਨੇ ਸਭ ਬੰਦੇ ਮੇਰੇ ਜੇ ਫੋਨ ਅਸੀਂ ਕਰਦੇ ਸਭ ਬੰਦੇ ਤਿਆਰ ਹੋ ਜਾਂਦੇ ਜਾ ਰਹੇ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾਂਦੇ ਇਹਨਾਂ ਵੱਲੋਂ ਬਹੁਤ ਵਧੀਆ ਇੰਤਜ਼ਾਮ ਨੇ ਖਾਣਾ ਬਹੁਤ ਵਧੀਆ ਜੀ ਹਰ ਤਰ੍ਹਾਂ ਦੀ ਪਾਣੀ ਫੈਸਿਲਿਟੀ ਬੋਰਡਿੰਗ ਦੀ ਫੈਸਿਲਿਟੀ ਇਹਦਾ ਕੋਈ ਦਿੱਕਤ ਨਹੀਂ ਹੈ ਸਾਡੀ ਕੋਈ ਦਿੱਕਤ ਨਹੀਂ ਹੈ ਬਹੁਤ ਵਧੀਆ ਰੇ ਬਣੀ ਬਹੁਤ ਵਧੀਆ ਰੇ ਬਣੀ ਕਾਲਜ ਫੋਰ ਕੀਤਾ ਹੈ ਬੋਲ ਬਾਲਾਜੀ ਮਹਾਰਾਜ ਕੀ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਨਰੇਸ਼ ਟਕਰਾਲ ਟਕਰਾਲ ਜੀ ਕੀ ਕਹੋਗੇ ਕਿ ਅੱਜ ਤੁਸੀਂ ਯਾਤਰਾ ਤੇ ਜਾ ਰਹੇ ਹੋ ਤਾਂ ਕੀ ਕਹਿਣਾ ਚਾਹੋਗੇ ਫਾਜ਼ਿਲਕਾ ਬਾਦ ਇਹ ਬਹੁਤ ਵਧੀਆ ਯਾਤਰਾ ਹੈ ਮੇਰੀ ਤੀਜੀ ਯਾਤਰਾ ਹੈ ਆਨੰਦ ਆ ਜਾਂਦਾ ਹੈ ਮੈਂ ਕਦੇ ਨਹੀਂ ਕਿਹਾ ਸੀ ਪਰ ਹੁਣ ਮੈਂ ਕਦੇ ਫੈਸਲ ਕਰਾਂਗਾ ਬਾਬਾ ਜੀ ਬੁਲਾਣ ਆਪਾ ਤਿਆਰ ਆ ਸਾਰੇ ਸੱਜਣ ਬਹੁਤ ਵਧੀਆ ਨੇ ਹਾਂਜੀ ਕੀ ਕਹੋਗੇ ਸਰ ਮੇਰੀ ਦੂਸਰੀ ਯਾਤਰਾ ਹੈ ਪਿਛਲੀ ਵਾਰ ਮੈਂ ਪਹਿਲੀ ਵਾਰ ਗਿਆ ਸੀ ਇਸ ਵਾਰ ਦੂਸਰੀ ਵਾਰ ਮੈਨੂੰ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਉਤਸ਼ਾਹ ਇਹ ਜਾਣਦਾ ਅਤੇ ਮੈਂ ਦੂਸਰੀ ਯਾਤਰਾ ਬਾਬਾ ਜੀ ਦੀ ਕਿਰਪਾ ਨਾਲ ਜਾ ਰਿਹਾ ਜੀ ਜਾਗ ਤੋਂ ਵਜ੍ਹਾ ਤੇ ਤੁਸੀਂ ਚੱਲੇ ਹੋ ਤਾਂ ਕਿੰਨੇ ਕਿਲੋਮੀਟਰ ਤੁਸੀਂ ਪੈਦਲ ਚੱਲਦੇ ਹੋ ਸਰ ਡੇਲੀ ਸਾਡੇ ਜਿਹੜੀ ਟਰਮ ਹੈ ਇੱਕ ਘੰਟੇ ਦੀ ਟਰਮ ਆਉਂਦੀ ਹੈ 10 ਮੈਂਬਰਾਂ ਦਾ ਜੱਥਾ ਹੁੰਦਾ ਹੈ 10-10 ਜੱਥੇ ਬਣਦੇ ਨੇ ਟਰਮ ਬਾਈ ਟਰਮ ਆਪਣੇ ਆਪ ਸਾਡੀ ਵਾਰੀ ਆਈ ਜਾਂਦੀ ਹੈ ਕਿੰਨਾ ਔਖਾ ਲੱਗਦਾ ਹੈ ਕੋਈ ਔਖਾ ਨਹੀਂ ਜੀ ਬੜਾ ਵਧੀਆ ਆਨੰਦ ਆਉਂਦਾ ਜੀ ਬਾਬਾ ਜੀ ਦੀ ਕਿਰਪਾ ਨਾਲ ਪੂਰਾ ਆਨੰਦ ਮਜ਼ਾ ਕਰਕੇ ਜਾਈਦਾ ਜੀ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਟੋਨੀ ਜੁਲਾਇਆ ਹੈ ਜੀ ਪਹਿਲੀ ਵਾਰੀ ਬਾਬਾ ਜੀ ਦੀ ਕਿਰਪਾ ਹੋਈ ਹੈ ਜੀ ਜਾ ਰਹੇ ਹਾਂ ਜਿੰਨੀ ਵਾਰੀ ਵੱਡੇ ਭਾਈ ਸਾਹਿਬ ਜਾਂਦੇ ਨੇ ਸਾਰੇ ਕਹਿੰਦੇ ਨੇ ਬਹੁਤ ਆਨੰਦ ਹੈ ਬੜਾ ਦਿਲ ਦਿਨ ਦਾ ਸਕੂਨ ਮਿਲਦਾ ਫੁੱਲ ਕਿਰਪਾ ਬਾਬਾ ਜੀ ਦੀ ਮੈਂ ਕਿਹਾ ਇਸ ਵਾਰੀ ਆਪਾਂ ਵੀ ਉਸ ਚੀਜ਼ ਦਾ ਆਨੰਦ ਉਠਾਈਏ ਪਹਿਲੀ ਵਾਰੀ ਜਾ ਰਹੇ ਹਾਂ ਹਾਂਜੀ ਬੇਟਾ ਕੀ ਨਾਮ ਤੁਹਾਡਾ ਕਿੰਨੀ ਵਾਰੀ ਯਾਤਰਾ ਤੇ ਜਾ ਰਹੇ ਹੋ ਤੁਸੀਂ ਪਹਿਲੀ ਵਾਰੀ ਕਿਵੇਂ ਲੱਗ ਰਿਹਾ ਤੁਹਾਨੂੰ ਅੱਛਾ ਲੱਗ ਰਿਹਾ ਜੀ ਕੀ ਕਹੋਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਇਹ ਮੇਰੀ ਪਹਿਲੀ ਯਾਤਰਾ ਹੈ ਅਤੇ ਬਜਾਜ ਸਾਹਿਬ ਦੇ ਨਾਲ ਜਾ ਰਹੇ ਹਾਂ 3 ਦਿਨ ਪੂਰੇ ਸਾਲ ਦੇ ਵਿੱਚ 3 ਦਿਨ ਬਾਬੇ ਵਾਸਤੇ ਵੀ ਕੱਢਣੇ ਚਾਹੀਦੇ ਹੈ ਹਲੇ ਇੱਥੇ ਮੰਦਰ ਹੀ ਇੰਨਾ ਆਨੰਦ ਆ ਰਿਹਾ ਤਾਂ ਅੱਗੇ 3 ਦਿਨ ਦਾ ਬਹੁਤ ਆਨੰਦ ਆਊਗਾ ਜੈ ਸ਼੍ਰੀ ਰਾਮ ਸਰ ਕੀ ਕਹੋਗੇ ਅੱਜ ਤੁਸੀਂ ਯਾਤਰਾ ਤੇ ਚੱਲੇ ਹੋ ਪਹਿਲੀ ਵਾਰੀ ਚੱਲੇ ਹਾਂ ਜੀ ਅੱਛਾ ਜੀ ਅਤੇ ਬਾਬਾ ਜੀ ਕਿਰਪਾ ਕਰਨ ਅਤੇ ਕਿਸ ਤਰ੍ਹਾਂ ਦੀ ਇੱਛਾ ਹੋਈ ਮਨ ਦੇ ਵਿੱਚ ਵੀ ਆਪਾਂ ਸਾਲਾ ਸਰ ਜਾਣਾ ਯਾਤਰਾ ਤੇ ਪੈਦਲ ਇੱਛਾ ਮੈਂ ਜ਼ਿੰਦਗੀ 'ਚ ਅੱਜ ਤੱਕ ਕਦੀ ਗਿਆ ਨਹੀਂ ਸੀਗਾ ਜੀ ਅਤੇ ਪਹਿਲੀ ਵਾਰੀ ਚੱਲਿਆ ਉਹ ਵੀ ਸਾਡੇ ਡਾਕਟਰ ਪਵਨ ਜੀ ਉਹਨਾਂ ਨੇ ਹਿੰਮਤ ਮਰਵਾਈ ਕਹਿੰਦੇ ਅੱਜ ਵੀ ਤੈਨੂੰ ਨਾਲ ਲੈ ਕੇ ਜਾਣਾ ਅਤੇ ਬਾਬਾ ਜੀ ਨੇ ਕਿਰਪਾ ਕੀਤੀ ਅਤੇ ਸੱਦਾ ਦੇ ਤਾ ਜੀ ਕਿ ਆਪਾਂ ਰੈਡੀ ਹਾਂ ਜੀ ਤਿਆਰ ਹਾਂ ਜੀ ਕੀ ਲੱਗ ਰਿਹਾ ਵੀ ਜੀ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਅੱਗੇ ਜਾ ਕੇ ਔਰ ਕਿਹਦੀ ਇਹ ਯਾਤਰਾ ਰਹੇਗੀ ਮਾਹੌਲ ਮੰਦਰ 'ਚ ਦੇਖਣ ਨੂੰ ਹੀ ਬਹੁਤ ਆਕਰਸ਼ਿਤ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਮਾਹੌਲ ਇੱਥੇ ਮਤਲਬ ਦੇਖ ਕੇ ਮਨ ਖੁਸ਼ ਹੋ ਗਿਆ ਅੱਗੇ ਜਾ ਕੇ ਤਾਂ ਮਹਾਰਾਜ ਨੇ ਹੋਰ ਕਿਰਪਾ ਕਰ ਹੀ ਦੇਣੀ ਹੈ ਕੀ ਨਾਮ ਤੁਹਾਡਾ ਪਰਵਿੰਦਰ ਸਿੰਘ ਜੀ ਜੀ ਸੰਜੇ ਕੀ ਕਹੋਗੇ ਕਿਸ ਤਰ੍ਹਾਂ ਦੀ ਯਾਤਰਾ ਔਰ ਕਿੰਨੀ ਯਾਤਰਾ ਤੁਹਾਡੀ ਚੱਲੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਹਰ ਸਾਲ ਬਾਅਦ ਇਸ ਵਾਰ ਵੀ ਪੈਦਲ ਡਾਕ ਤਵਜਾ ਸ਼੍ਰੀ ਹਨੂੰਮਾਨ ਮੰਦਰ ਤੋਂ ਸਾਲਾ ਸਰ ਲਈ ਜਾ ਰਹੀ ਹੈ ਇਹ ਸਾਡੀ ਡਾਕ ਤਵਜਾ ਹਰ ਸਾਲ ਜਾਂਦੀ ਹੈ ਔਰ 100 ਦੇ ਲਗਭਗ ਸਾਡੇ ਯਾਤਰੀ ਇਸ ਡਾਕ ਤਵਜਾ 'ਚ ਜਾ ਰਹੇ ਨੇ ਔਰ ਬੜੇ ਉਤਸ਼ਾਹ ਨਾਲ ਇਹ ਹਰ ਸਾਲ ਜਾਂਦੇ ਨੇ ਬਾਲਾ ਜੀ ਇਹਨਾਂ 'ਤੇ ਐਵੇਂ ਕਿਰਪਾ ਬਣਾਈ ਰੱਖੇ ਬਾਬਾ ਜੀ ਇਸ ਤਰ੍ਹਾਂ ਹੀ ਸਾਰੇ ਫਾਜ਼ਿਲਕਾ 'ਤੇ ਆਸ਼ੀਰਵਾਦ ਰੱਖੇ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਤੁਹਾਡਾ ਸਭ ਤੋਂ ਵੱਡਾ ਸੰਘ ਹੈ ਸਭ ਤੋਂ ਜ਼ਿਆਦਾ ਯਾਤਰੀ ਤੁਸੀਂ ਲੈ ਕੇ ਜਾਂਦੇ ਹੋ ਪਿਛਲੇ 25 ਸਾਲਾਂ ਤੋਂ ਯਾਤਰਾ ਜਾ ਰਹੀ ਹੈ ਤਾਂ ਇਸ ਵਾਰੀ ਕੀ ਨਵਾਂ ਕੀਤਾ ਗਿਆ ਇਸ ਤਰ੍ਹਾਂ ਜੀ ਇਹ ਬਾਬਾ ਜੀ ਲਿਜਾਉਂਦੇ ਨੇ ਆਪਾਂ ਕੋਈ ਨਹੀਂ ਹੁੰਦਾ ਲਿਜਾਣ ਵਾਲਾ ਸਾਰੇ ਸੰਘ ਦੇ ਮੈਂਬਰ ਔਰ ਸਾਰੇ ਸੰਘ ਦੇ ਜਿੰਨੇ ਵੀ ਸਾਡੇ ਯਾਤਰੀ ਨੇ ਉਹਨਾਂ ਦੇ ਸਹਿਯੋਗ ਨਾਲ ਇਹ ਯਾਤਰਾ ਚੱਲ ਰਹੀ ਹੈ ਔਰ ਬਾਲਾ ਜੀ ਦੀ ਕਿਰਪਾ ਨਾਲ ਚੱਲ ਰਹੀ ਹੈ ਹਰ ਸਾਲ ਕੁਛ ਨਾ ਕੁਛ ਵਧੀਆ ਹੋ ਰਿਹਾ ਅਸੀਂ ਮੇਨ ਮੋਟਿਵ ਇਹ ਹੈ ਸਾਡਾ ਵੀ ਜਿੰਨੇ ਸਾਡੇ ਯਾਤਰੀ ਨੇ
वो यूथ ने और यूथ को असं यही सुनेहा देंगे कि नशियां तो दूर हो के रब वल जोड़िया जाए स्पोर्ट्स वल जोड़िया जाए चंगा काम किया जाए और फाजिलका च लोगों का इन्ना को लगाव है कि साल सर लोग हर साल इन्ने को लोग पैदल और डाक ढोजा से जाते हैं भी इनकी गिनती दसना नामुमकिन है। बाला जी इस तरह ही कृपा बनाई रखन सारे फाजिलका से और साढ़े जिन्हें भी फाजिलका के यात्री ने और फाजिलका के जिन्हें भी यूथ है मैं उन्होंने यही बेनती कराँगा भी नशिया तो दूर होके और वधिया इस काम में जुड़ो और बाबा जी का गुणगान करते हुए जिन्ना मजा आता है और जो अपनी जीवन बाबा जी ने अपन दिता है वो सफल बना वास्ते ये इस यात्रा में जुड़े रहो बाबा जी ने जुड़े रहो। जय श्री राम जय श्री बाला जी। है हाँ जी की नाम जी थोड़ा? मेरा नाम सुरेंद्र मित्तल है जी। सुरेंद्र जी की कहोगे पहला भी यात्रा से तुम गए हूँ भी जा रहे हो तो कि फर्क लग रहा है तो की इस बार नवा हो जा रहा है? नहीं बहुत कुछ नवा हो जा रहा है बड़ा उत्साह भगतों ने वेख्या जा रहा है दिनों दिन मतलब की भगतों की गिनती बढ़ती जा रही है जी। हाँ कितने किलोमीटर की यात्रा है थोड़ी? ये अबाउट 325 किलोमीटर की यात्रा हैगी है ये डाक तो वजह साड़ी चली हैगी है सारे बढ़ चढ़ के अगे दी अगे वध वध के भज भज के झंडा फड़ रहे हैं बाबा जी का ते सारे बाबा जी की चौखट नू भोग मारन वास्ते सारे बड़े उत्साह नजर आ रहे हैं जी। किन्ने दिन पहला जी तैयारी शुरू हो जाती है इस यात्रा नू लैके? इस यात्रा नू लैके अबाउट 15-20 दिन पहला तैयारी तैयारी तो अबाउट 4 महीने पहला ही शुरू हो जाती है मगर जिवें ही 15-20 दिन रेंदे ने तो लोग आपकी सैर करना शुरू कर देंगे ने बाबा जी का नाम लैके। जय श्री राम जय श्री बाला जी। जय श्री राम जय श्री। मेरा नाम योग मित्र है जी। तो दोस्तों जैसा कि हम देख सकते हैं हम सभी जने बालाजी के भक्त आज बालाजी के दरबार में पैदल जा रहे हैं। बहुत उत्साह है हम सबके मन मन में। हम सभी आशा करते हैं कि सभी भक्तों के ऊपर बालाजी की कृपा बरसाई रहे। जय श्री राम जय श्री। क्या मन्नत लेके जा रहे हो आज आप? मन्नत ये है कि हमारे घर में सभी सुख शांति रहे जो भी भक्त जन जा रहे हैं सभी खुश से जाए उनके सारे काम पूरे हो। जय श्री राम जी। की कहोगे? मैं कहूँगा मेरी तीजी यात्रा बहुत ही उत्साह ना सारे भगत जा रहे हैं साला सर वास्ते। मैं कहना बाबा जो मनोकामना भगत लेके जा रहा है उस सब की मनोकामना बाबा पूरी करे जिमें लोग जा रहे हैं उम्मीद खुशी खुशी आदि वापस फाजिलका मनो मुँह मंगिया प्रादा बाद। जय श्री राम जय श्री। कहोगे यात्रा से चले हो तुम? हाँ जी हाँ जी यात्रा चले हैं बालाजी धाम साला सर चले हैं उसे साक्षात दर्शन होते हैं बालाजी के विराट रूप के जी। हाँ जी किनवी यात्रा थोड़ी है तुम किनवी यात्रा चले हो? मैं पैदल यात्रा का डाक तो वजह ना पहली बार चलिया बाकी साला सर हर 2-3 महीने पर जाना। की इच्छा लेके चले हो अज डाक तो वजह तुम जा रहे हो मन च की मनोकामना? यही मनोकामना है भी सारे खुशहाल रखन तरक्की देन सबनों रोटी देवे हिंदुस्तान एकजुट होके अगर वधे। प्रधान जी की कहोगे अज यात्रा जा रही है? अज ये पैदल संघ वाले की डाक 25वीं यात्रा है और इस लोग जोड़े ने बड़े उत्साहित होते ने जोड़े बच्चे जाते ने खेडते नचते साला सर जा रहे हैं शहर वास्ते एक बड़ी वही चीज़ है और हर साल ही हनुमान मंदिर सिद्ध हनुमान मंदिर के उत्सव चलते हैं और इन्हां दी सेवा भाव करना मंदिर कमेटी का फर्ज है। मंदिर कमेटी इन्हां दे हर वेले इन्हां दे सहयोग में रहती है जिस तरह ये मुंडे कहते हैं असं उस तरह ही करने हैं और मैं बाबा जी अगे प्रार्थना करना भी जिस तरह ये नचते खेडते हंसते गाते जा रहे हैं इस तरह ही बाबा इन्हों खुशी खुशी वापस आवे सारे सही सलामत और इन्हों की यात्रा जी सफल हो और मैं परमात्मा अगर यह भी दुआ करना भी साढ़े शहर के संस्थावं है जिन्हें नाल बच्चे किसी नशे तो दूर रहते हैं और ये अच्छे काम है पैदल जाते हैं साल साल 350-400 किलोमीटर तो 3-4 दिन पैदल जाएंगे इन्हें भावना जी परमात्मा के नाल जुड़न की भावना आएगी। इन्ना ही कहता आ मैं मंदिर कमेटी वालों इन सारे का धन्यवाद करना ता जो ये सानू सेवा का मौका देंगे जी। सर की कहोगे? मैं सर ये कहना जी जय श्री राम जय श्री बाला जी। ये बाला जी की कृपा तो होंगी है जी सारे भगतों से पर एक साढ़े जोड़े प्रधान ने विनोद कुमार जी गोयल वो साढ़े बहुत बाबा जी नाल प्यार करते हैं तो बहुत मेहनती ने जी वो तकरीबन बाला जी पैदल संघ के साढ़े प्रधान ने 25 यात्रा पैदल लैके जा चुके हैं तो ये डाक ध्वजा भी 25 या 26वीं हैगी है जी ते बहुत मेहनत करने ने दिन रात मेहनत करते ने और बहुत अच्छे सुभा के बंदे ने कोई उन्होंने कुछ कह भी जाए तो भी वो हाथ जोड़ के सेवा करते हैं जी बाबे की निष्काम सेवा। तो मैं तो यही कहना जी सारे जो भी
भगत जाते हैं बाबा उन्होंने कंडे जिनी भी दर्द नहीं होने दिता तो हसदे खेडते जाते हैं हसदे खेडते बाबा ले आता जी। We'll be right back.